ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨਾਲ ਸਾਂਝੇ ਕਰਨ, ਉਸ ਤੋਂ ਤੁਰੰਤ ਬਾਅਦ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਜਾਣਗੇ। ਸਪੈਕਟਰ, ਅੱਜ ਦੇ ਸਾਇੰਸ ਗਣਿਤ ਮੇਲੇ ਦੇ ਜਜਮੈਂਟ ਦੀ ਡਿਊਟੀ 'ਤੇ ਆਏ ਹੋਏ ਅਧਿਆਪਕ ਸਾਹਿਬਾਨ, ਵਿਭਿੰਨ ਸਕੂਲਾਂ ਤੋਂ ਆਏ ਹੋਏ ਸਾਇੰਸ ਵਿਸ਼ੇ ਅਤੇ ਹੋਰ ਵਿਸ਼ਿਆਂ ਦੇ ਨਾਲ ਅਧਿਆਪਕ ਸਾਹਿਬਾਨ, ਵਿਦਿਆਰਥੀ, ਮੇਰੇ ਆਪਣੇ ਸਟਾਫ ਮੈਂਬਰਸ, ਬਲੋਕ ਮੈਂਟਰ ਅਕਵਾਲ ਜੀ, ਜਿਨ੍ਹਾਂ ਦੇਖ ਰੇਖ ਦੇ ਵਿੱਚ ਇਹ ਮੇਲਾ ਕਰਵਾਇਆ ਗਿਆ ਹੈ, ਅਵੀ ਛਾਬੜਾ ਜੀ, ਪਿਆਰੇ ਵਿਦਿਆਰਥੀਓ, ਤੁਹਾਡਾ ਸਾਰਿਆਂ ਦਾ ਮੈਂ ਇਸ ਸੰਸਥਾ ਦੇ ਵਿੱਚ ਆਉਣ 'ਤੇ ਇੱਥੇ ਸਵਾਗਤ ਕਰਦਾ ਹਾਂ ਅਤੇ ਵਿਭਾਗ ਦਾ ਧੰਨਵਾਦ ਵੀ ਕਰਦਾ ਹਾਂ ਕਿ ਪੂਰੀ ਤਹਿਸੀਲ ਨੂੰ ਇਹ ਸਕੂਲ ਇੱਕ ਨਿਰੋਲ ਪੇਂਡੂ ਸਕੂਲ ਦੇਖਣ ਦਾ ਮੌਕਾ ਪ੍ਰਾਪਤ ਹੋਇਆ ਹੈ ਅਤੇ ਵਿਦਿਆਰਥੀਆਂ ਨੂੰ ਵੀ ਇੱਥੇ ਦੇ ਵਿਦਿਆਰਥੀਆਂ ਨੂੰ ਮਿਲਣ ਦਾ ਮੌਕਾ ਪ੍ਰਾਪਤ ਹੋਇਆ ਇਹਦੇ ਲਈ ਵਿਭਾਗ ਦੇ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਹਾਂ। ਅੱਜ ਦੇ ਮੁਕਾਬਲੇ 'ਚ ਸਾਰੇ ਵਿਦਿਆਰਥੀ ਜੇਤੂ ਨੇ ਕਿਉਂਕਿ ਹਰ ਇੱਕ ਅਧਿਆਪਕ ਨੇ ਮਿਹਨਤ ਕਰਵਾਈ ਹੈ, ਵਿਭਾਗੀ ਨਿਯਮ ਅਨੁਸਾਰ ਆਪਾਂ ਸਾਰੇ ਕੰਮ ਕਰਦੇ ਹਾਂ, ਉਹ ਨਿਯਮਾਂ ਦੇ ਆਪਾਂ ਬੰਨੇ ਹੋਏ ਹਾਂ ਅਤੇ ਵਿਦਿਆਰਥੀ ਅਧਿਆਪਕਾਂ ਤੋਂ ਅਗਵਾਈ ਲੈ ਕੇ ਇਹ ਮਾਡਲ ਤਿਆਰ ਕਰਕੇ ਲੈ ਕੇ ਆਏ ਨੇ। ਇਸ ਕਰਕੇ ਵਿਦਿਆਰਥੀਆਂ ਦੀ ਮਿਹਨਤ ਨੂੰ, ਅਧਿਆਪਕਾਂ ਦੀ ਹੱਲਾਸ਼ੇਰੀ ਨੂੰ ਜਿੱਥੇ ਮੈਂ ਉਹਨੂੰ ਸ਼ਲਾਘਾ ਕਰਦਾ ਹਾਂ ਅਤੇ ਧੰਨਵਾਦ ਵੀ ਕਰਦਾ ਹਾਂ ਕਿ ਦੋ ਦਿਨ ਕਿਉਂਕਿ ਸਿਹਤ ਸਾਥ ਦਾ ਦੇਣ ਕਰਕੇ ਮੇਰੀ ਗੈਰ ਮੌਜੂਦਗੀ ਦੇ ਵਿੱਚ ਵੀ ਤੁਸੀਂ ਸਾਰਿਆਂ ਨੇ ਮੇਰੇ ਸਟਾਫ ਮੈਂਬਰਸ ਨੂੰ, ਮੇਰੇ ਵਿਦਿਆਰਥੀਆਂ ਨੂੰ ਪੂਰਨ ਸਹਿਯੋਗ ਦਿੱਤਾ ਅਤੇ ਮੇਲੇ ਨੂੰ ਸਫਲ ਬਣਾਉਣ ਦੇ ਵਿੱਚ ਤੁਸੀਂ ਪੂਰਾ ਯੋਗਦਾਨ ਦਿੱਤਾ। ਇੱਥੇ ਮੈਂ ਇਸ ਮੇਲੇ ਦੇ ਜੋ ਅਸਲੀ ਕੋਆਰਡੀਨੇਟਰ ਮੇਰੀ ਵਾਈਸ ਮੈਡਮ ਰਸ਼ਮ ਰਾਣੀ ਜੀ, ਜਿਨ੍ਹਾਂ ਨੇ ਮੇਰੀ ਗੈਰ ਮੌਜੂਦਗੀ ਦੇ ਵਿੱਚ ਪੂਰੀ ਕੋਸ਼ਿਸ਼ ਕਰਕੇ ਮੇਰੀ ਪੂਰੀ ਟੀਮ, ਪੂਰੇ ਮਿਹਨਤੀ ਸਟਾਫ ਮੈਂਬਰਸ ਉਹਨੂੰ ਨਾਲ ਲੈ ਕੇ ਇੱਕ ਵਧੀਆ ਮੇਲਾ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਦਾ ਨਰਸੀ ਜਿਸੀ ਬਾਅਦ 'ਚ ਤੁਹਾਡੇ ਫੀਡਬੈਕ ਫੋਰਮ ਤੋਂ ਕਰਾਂਗੇ। ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਵੀ ਹੈ ਫੀਡਬੈਕ ਫੋਰਮ ਦੇ ਵਿੱਚ ਜਿਹੜਾ ਸੁਜੈਸ਼ਨ ਅਤੇ ਵੀਕਨੈਸਿਸ ਸਾਡੀਆਂ ਜਿਹੜੀਆਂ ਜ਼ਰੂਰ ਉਹ ਦਰਜ ਕਰੋ ਤਾਂ ਜੋ ਸਾਨੂੰ ਵੀ ਪਤਾ ਲੱਗੇ ਸਾਡੀਆਂ ਕੀ ਕਮੀਆਂ ਰਹਿ ਗਈਆਂ ਤਾਂ ਜੋ ਅੱਗੇ ਨੂੰ ਕਮੀਆਂ ਨੂੰ ਦੂਰ ਕੀਤਾ ਜਾ ਸਕੇ। ਇਹ ਵੀ ਅਸੀਂ ਨਵਾਂ ਫੋਰਮ ਜਿਹੜਾ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਵੀ ਕੰਮ ਨੂੰ ਜਿਹੜਾ ਹੈਗਾ ਪੂਰੀ ਤਨਦੇਹੀ ਦੇ ਨਾਲ ਕਰੀਏ, ਬੋਝ ਸਮਝ ਕੇ ਨਾ ਕਰੀਏ। ਅਤੇ ਬੜੀ ਖੁਸ਼ਕਿਸਮਤੀ ਹੈ ਵੀ ਮੇਰੇ ਸਾਰੇ ਸਟਾਫ ਮੈਂਬਰਸ ਬੜੀ ਤਨਦੇਹੀ ਨਾਲ ਕੰਮ ਕਰਦੇ ਨੇ ਅਤੇ ਉਹਦੇ ਕਿ ਸਬਜੈਕਟ ਦਾ ਕੋਈ ਰੌਲਾ ਨਹੀਂ ਹੈ ਵੀ ਸਾਇੰਸ ਮੇਲਾ ਵੀ ਸਾਇੰਸ ਵਾਲਿਆਂ ਨੇ ਉਹ ਕੰਮ ਕਰਨਾ ਹੈ, ਉਹਦੇ ਡਰਾਇੰਗ ਵਾਲਾ ਵੀ ਕੰਮ ਕਰ ਰਿਹਾ ਹੈ, ਪੰਜਾਬੀ ਵਾਲਾ ਵੀ ਕੰਮ ਕਰ ਰਿਹਾ ਹੈ, ਚਾਹੇ ਸਾਇੰਸ ਮੇਲਾ ਹੈ ਚਾਹੇ ਮੈਥ ਮੇਲਾ ਹੈ। ਸਾਇੰਸ ਅਤੇ ਮੈਥ ਦੇ ਤਾਂ ਅਧਿਆਪਕ ਮਿਹਨਤੀ ਹੈਗੇ, ਉਹਨਾਂ ਦਾ ਕੰਮ ਕਰਨਾ ਹੀ ਕਰਨਾ, ਉਹਨਾਂ ਦੀ ਡਿਊਟੀ ਹੈ ਵਿਭਾਗ ਵੱਲੋਂ ਨਹੀਂ ਮੈਂ, ਪਰ ਦੂਸਰੇ ਵੀ ਉਹਨਾਂ ਦਾ ਪੂਰਾ ਸਾਥ ਦਿੰਦੇ ਹੈ, ਪੂਰਾ ਟੀਮ ਵਰਕ ਹੈ ਅਤੇ ਇੱਕ ਜ਼ੋਰਦਾਰ ਕਲੈਪਿੰਗ ਮੇਰੇ ਇਹ ਸਟਾਫ ਮੈਂਬਰ ਦੀ ਟੀਮ ਵਰਕ। ਜੇ
ਜੇ ਅੱਜ ਇਹ ਮੇਲਾ ਸੰਪੰਨ ਹੋਇਆ ਤਾਂ ਮੇਰੀ ਇਹ ਟੀਮ ਉਹਦੇ ਲਈ ਆਪਣਾ ਸ਼ਲਾਘਾ ਦੀ ਪਾਤਰ ਹੈ। ਮੇਰੇ ਵੱਲੋਂ ਤਹਿ ਦਿਲ ਇਹਨਾਂ ਦਾ ਧੰਨਵਾਦ ਅਤੇ ਤੁਸੀਂ ਵੀ ਸਾਰੇ ਦੁਆ ਕਰੋ, ਮੇਰੇ ਸਟਾਫ ਮੈਂਬਰਸ ਵਾਸਤੇ ਦੁਆ ਕਰਨਾ ਵੀ ਇਹ ਟੀਮ ਇਸੇ ਤਰ੍ਹਾਂ ਬਣੀ ਰਹੇ ਅਤੇ ਸਾਨੂੰ ਫਿਰ ਹੋਰ ਤੁਹਾਡੀ ਸੇਵਾ ਦਾ ਕਰਨ ਦਾ ਮੌਕਾ ਮਿਲੇ। ਇਸ ਦੇ ਨਾਲ ਹੀ ਜੇਤੂ ਵਿਦਿਆਰਥੀਆਂ ਨੂੰ ਵੀ ਵਧਾਈ ਅਤੇ ਜਿਨ੍ਹਾਂ ਨੂੰ ਅੱਜ ਪ੍ਰਾਈਜ਼ ਨਹੀਂ ਵੀ ਮਿਲੂਗਾ ਉਹਨਾਂ ਨੂੰ ਵੀ ਮੁਬਾਰਕਬਾਦ ਕਿਉਂਕਿ ਉਹਨਾਂ ਨੇ ਵੀ ਪਾਰਟੀਸਪੇਟ ਕਰਿਆ ਹੈ। ਥੈਂਕ ਯੂ ਵੈਰੀ ਮਚ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਚਾਵਾਂ ਅਤੇ ਮਲਾਰਾਂ ਨੂੰ ਬਹੁਤ ਹੀ ਸੋਹਣੇ ਗੀਤ ਵਿੱਚ ਰੂਪਾਂਤਰ ਕਰਕੇ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਸੋਹਣਾ ਸੋਹਣਾ ਪਾ ਲੋ ਊੜਾ, ਗੋਦੀ ਵਿੱਚ ਖਿਡਾ ਲੋ ਊੜਾ, ਬੀਜ ਲਵੋ ਤੇ ਵਾ ਲੋ ਊੜਾ, ਭੁੱਖ ਲੱਗੇ ਤਾਂ ਖਾ ਲੋ ਊੜਾ। ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੰਕਲਪ ਕਰਦਾ ਹਾਂ ਕਿ ਮੈਂ ਵਾਤਾਵਰਨ ਦੀ ਕੀਮਤੀ ਸੰਪਤਿ ਸਹੁੰ ਚੁੱਕਦਾ ਹਾਂ ਕਿ ਪਾਣੀ ਦੀ ਇੱਕ ਵੀ ਬੂੰਦ ਨੂੰ ਵਿਅਰਥ ਨਹੀਂ ਹੋਣ ਦੇਵਾਂਗਾ। ਮੈਂ